ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਮੂਹ ਨਾਨਕ ਨਾਮ ਲੇਵਾ ਸੰਗਤ ਵੱਲੋਂ ਬੱਸ ਸਟੈਂਡ ਹੁਸ਼ਿਆਰਪੁਰ ਨਜ਼ਦੀਕ ਲੰਗਰ ਲਗਾਇਆ ਗਿਆ। ਲੰਗਰ ਦੀ ਸ਼ੁਰੂਆਤ ਅਰਦਾਸ ਉਪਰੰਤ ਕੀਤੀ ਗਈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਲੰਗਰ ਗ੍ਰਹਿਣ ਕੀਤਾ। ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮਦਿਨ ਸਾਰੇ ਵਰਲਡ ਦੇ ਵਿੱਚ, ਸਿਰਫ ਇੰਡੀਆ 'ਚ ਨਹੀਂ, ਵਰਲਡ ਵਿੱਚ ਮਨਾਇਆ ਜਾ ਰਿਹਾ, ਕਿਉਂਕਿ ਗੁਰੂ ਨਾਨਕ ਦੇਵ ਜੀ ਜਨਮ ਤੋਂ ਲੈ ਕੇ ਅਖੀਰ ਤੱਕ ਸਾਰਾ ਵਰਲਡ ਘੁੰਮੇ ਹਨ। ਉਹਨਾਂ ਦੀ ਖੁਸ਼ੀ ਦੇ ਵਿੱਚ ਹਰ ਗੁਰਦੁਆਰੇ ਵਿੱਚ, ਹਰ ਜਗ੍ਹਾ ਸੜਕ 'ਤੇ ਲੰਗਰ ਲੱਗੇ ਹੋਏ ਹਨ। ਇੱਥੇ ਵੀ ਲੰਗਰ ਲੱਗਾ ਹੈ। ਅੱਜ ਦੇ ਸ਼ੁਭ ਦਿਹਾੜੇ 'ਤੇ ਮੈਂ ਆਪਣੇ ਸ਼੍ਰੀ ਰਾਸ਼ਟਰੀ ਰਾਜਪੂਤ ਇਕੱਲੇ ਸੈਨਾ ਵੱਲੋਂ ਪੂਰੇ ਪੰਜਾਬ ਵਾਸੀ, ਪੂਰੇ ਭਾਰਤ ਵਾਸੀ, ਪੂਰੇ ਵਿਸ਼ਵ ਨੂੰ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਦਿੰਦਾ। ਔਰ ਇਸ ਸ਼ੁਭ ਦਿਹਾੜੇ 'ਤੇ ਆਪਣੇ ਸੁਮਿਤ ਜੀ ਨੂੰ ਸ਼੍ਰੀ ਇਕੱਲੇ ਸੈਨਾ ਵੱਲੋਂ ਵੀ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਜੀ, ਬਾਬੇ ਨਾਨਕ ਦੇ 550ਵੇਂ ਸਾਲ ਵਰਸ਼ ਦਾ ਸਭ ਨੂੰ ਵੱਧ ਵੱਧ ਵਧਾਈਆਂ ਹੋਣ, ਸਾਰੇ ਖੁਸ਼ੀਆਂ ਮਾਨਣ, ਸਾਰੇ ਤਰੱਕੀਆਂ ਕਰਨ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਮੂਹ ਸਾਧ ਸੰਗਤ ਜੀ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਮੇਰੇ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।